ਜੀ ਮੇਰਾ ਨਾਮ ਅਮਨ ਮਲਤੇ ਮੈਂ ਅਮੀਰ ਪਹਿਲਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਤੇ ਅਸਮੀ ਦੇ ਨਾਲ ਆਪਣੀ ਅੱਜ ਵੀਡੀਓ ਕਰਨੀਆਂ ਸ਼ੁਰੂ ਕੀਤੀ ਅੱਜ ਰਿਹਾਨ ਬਾਈ ਵਾਸਤੇ ਬਿਠਾਉਣ ਲਈ ਆਇਆ ਅਤੇ ਉਹ ਤੁਹਾਨੂੰ ਦੱਸਣੇ ਆ ਮਾਸ਼ਾਅੱਲਾ ਰਿਹਾਨ ਬਾਈ ਜੇ ਅਤੇ ਦਾਣਿਆਲ ਦੇ ਵੱਡੇ ਬਾਈ ਅਤੇ ਇਹਨਾਂ ਨੂੰ ਤਕਾਸ 'ਤੇ ਬਿਠਾਉਣ ਲਈ ਲੈ ਆਉਂਦਾ ਸਹੀ ਹੈ ਅਤੇ ਅੱਜ ਇਹਨਾਂ ਦਾ ਚਿਹਰਾ ਤੁਸੀਂ ਚੈੱਕ ਕਰੋ ਅਤੇ ਮਾਸ਼ਾਅੱਲਾ 10 ਦਿਨ ਬਾਅਦ ਜਿੱਦਣ ਇਹ ਤਕਾਸ 'ਤੇ ਉੱਠਣਗੇ ਉਸ ਦਿਨ ਚਿਹਰਾ ਚੈੱਕ ਕਰ ਲੈਣਾ ਅਤੇ ਚਿੱਟਾ ਸੂਟ ਕਾਟਨ ਦਾ ਪਾ ਰਹੇ ਨੇ ਲੱਠੇ ਦਾ ਇਹ ਸਾਡੇ ਮੁਹੱਲੇ ਦੇ ਦੂਸਰੇ ਜਨਾਬ ਜੇ ਉਸ ਤੋਂ ਬਾਅਦ ਇਹ ਦੋ ਬੰਦੇ ਜੇ ਸਾਡੇ ਪਿੰਡ ਦੇ ਹੈ ਅਹਿਮਦ ਅਤੇ ਇਹ ਵੀ ਅਹਿਮਦ ਉਹਨਾਂ ਦਾ ਨਾਂ ਅਹਿਮਦ ਆ ਠੀਕ ਹੈ ਅਤੇ ਇਹਨਾਂ ਨੂੰ ਵੀ ਮੈਂ ਪੁੱਛਿਆ ਤਕਾਫ 'ਤੇ ਬਹਿਣੇ ਆਲੂ 'ਤੇ ਆਇਆ ਅਤੇ ਕੋਈ ਨਹੀਂ ਕਹਿ ਰਹੇ ਜਨਾਬ ਬਹਿਣਾ ਅਹਿਮਦ ਸਾਹਿਬ ਤਕਾਫ 'ਤੇ ਤੁਸੀਂ ਕਿ ਨਹੀਂ ਹਾਂਜੀ ਇਹ ਮੁੰਡੇ ਦੇ ਵੀ ਕੰਮ ਕਰਨਾ ਹੁੰਦਾ ਅਤੇ ਤੁਸੀਂ ਅਹਿਮਦ ਸਾਹਿਬ ਤੁਹਾਨੂੰ ਕਾਹਦਾ ਕੰਮ ਹੈ ਤੁਸੀਂ ਸੌ ਮਸਲੇ ਨੂੰ ਛੱਡੋ ਪਰ ਇੱਥੇ ਫਾਇਦਾ ਹੁੰਦਾ ਇੱਥੇ ਆ ਕੇ ਬਹੁਤ ਯਾਰ ਤੇ ਅਹਿਮਦ ਤੂੰ ਲੋਕਾਂ ਨੂੰ ਕੀ ਕਹਿਣਾ ਚਾਹੇਗਾ ਆਹੋ ਜੀ ਵੇਖ ਲਓ ਅਹਿਮਦ ਭਾਈ ਉਹਨਾਂ ਨੇ ਵੀ ਕਿਹਾ ਕਿ ਜਿਹੜੇ ਵਿਹਲੇ ਲੋਕ ਨੇ ਤਕਾਫ 'ਤੇ ਬਹਿਣ ਅਤੇ ਸਵਾਬ ਹਾਸਲ ਕਰਨ ਕਿਉਂਕਿ ਇਹ ਦਿਨ ਫਿਰ ਦੁਬਾਰਾ ਨਹੀਂ ਆਉਂਦੇ ਇੱਕ ਸਾਲ ਬਾਅਦ ਰਮਜ਼ਾਨ ਆਉਣਾ ਹੁੰਦਾ ਕਿਉਂ ਅਹਿਮਦ ਸਾਹਿਬ ਅਤੇ ਤੁਸੀਂ ਵੀ ਕੀ ਕਹਿਣਾ ਚਾਹੋਗੇ ਤੁਸੀਂ ਵੀ ਕੋਈ ਦੱਸੋ ਆਪਣੇ ਹਾਂਜੀ ਜਨਾਬ ਦੱਸੋ ਪਰਾਹੁਣਾ ਆ ਗਿਆ ਕੋਈ ਪਰਾਹੁਣਾ ਆ ਗਿਆ ਕਿਸੇ ਦੇ ਘਰ ਕੋਈ ਉਹ ਰੋਟੀ ਨਾ ਪਕਾਉਣ ਘਰ ਵਾਲੇ ਅੱਛਾ ਉੱਥੋਂ ਇਹ ਅੱਕ ਪੱਕ ਕੇ ਤੁਰ ਗਿਆ ਆਪਣੇ ਭੁੱਖ 'ਤੇ ਲੱਗੀ ਦੀ ਹੋਣੀ ਹੈ ਅੱਛਾ ਉਹ ਜਦ ਤੁਰ ਗਿਆ ਅਤੇ ਅੱਲਾ ਦਾ ਬਜ਼ੁਰਗ ਆਇਆ ਅੱਛਾ ਉਹਨੇ ਜਿੱਥੇ ਭਟੋਲੀ 'ਚ ਜਾਂ ਕਿਸੇ ਵਿਸ਼ੇ ਬਰਤਨ 'ਚ ਆਟਾ ਸੀ ਅੱਛਾ ਅਤੇ ਮੁੱਠਾਂ ਜਿੰਨੀਆਂ ਉਹਨੇ ਰੋਟੀਆਂ ਖਾਣੀਆਂ ਹੋਣੀਆਂ ਮੁੱਠਾਂ ਕੱਢੀ ਜਾਏ ਬਾਬਾ ਅੱਛਾ ਜਦੋਂ ਵੀ ਮੁੱਠਾਂ ਪੂਰੀਆਂ ਹੋ ਗਈਆਂ ਵੀ ਮਾਈ ਸੀ ਉਹ ਆਖਣਗੇ ਬਾਬਾ ਕੀ ਕਰੇ ਕਹਿੰਦਾ ਆਖਣਾ ਕਿਹਾ ਵੀ ਉਹ ਜਿਹੜਾ ਪਰਾਹੁਣਾ ਸੀ ਉਹਦਾ ਹਿੱਸਾ ਖੜ ਲਗਾ ਉਹਦਾ ਹਿੱਸਾ ਖੜ ਕੇ ਅਤੇ ਉਹਨੂੰ ਰੋਟੀ ਖਿਲਾਉਣੀ ਹੈ ਅੱਛਾ ਜੀ ਉਹ ਬਾਬੇ ਨੇ ਆਟਾ ਖੜਿਆ ਚਿੱਟੀ ਲਾਲ ਦਾੜੀ ਵਾਲਾ ਬਾਬਾ ਸੀ ਬੁੱਢਾ ਅੱਛਾ ਅਤੇ ਉਹ ਅੱਲਾ ਦਾ ਬਜ਼ੁਰਗ ਸੀ ਉਹਨੇ ਉਹਦਾ ਜਿਹੜਾ ਉਹਦੀ ਰੋਜ਼ੀ ਸੀ ਨਾ ਉਹਨੇ ਲੈ ਗਿਆ ਉਹਦੇ ਵਾਸਤੇ ਆਟਾ ਅੱਛਾ ਅਤੇ ਫਿਰ ਉਹ ਹੈਰਾਨ ਪਰੇਸ਼ਾਨ ਹੋਏ ਫਿਰ ਉਹ ਆਖਣ ਲੱਗੇ ਫਿਰ ਉਹਨਾਂ ਨੂੰ ਮਾਤਾ ਆ ਗਈ ਉਹ ਆਖਣ ਲੱਗਿਆ ਵੀ ਹੁਣ ਜੋ ਵੀ ਆਵੇ ਕੋਈ ਮੰਗਣੇ ਵਾਲਾ ਜਾਂ ਕੋਈ ਵੀ ਆਵੇ ਅੱਲਾ ਦਾ ਬੰਦਾ ਅਤੇ ਰੋਟੀ ਖਿਲਾਉਣੇ ਬਗੈਰ ਨਹੀਂ ਜਾਣ ਦਿੰਦਾ ਅੱਛਾ ਬਸ ਮੁੱਕ ਗਈ ਇੰਨੀ ਕੁ ਗੱਲ ਸੀ ਇੰਨੀ ਕੁ ਗੱਲ ਸੀ ਅਤੇ ਗੱਲ ਦਾ ਮਕਸਦ ਕੀ ਹੈ ਕਰਨ ਦਾ ਕਰਨੇ ਦਾ ਵੀ ਇਹ ਜਿਹੜੇ ਲਿਖੀ ਦੀ ਆਪਣੇ ਜਿਹੜੀ ਰੋਜ਼ੀ ਹੈ ਨਾ ਇਹ ਰੱਬ ਨੇ ਜੇ ਜਿੱਥੇ ਜਿੱਥੇ ਦਾਣਾ ਪਾਣੀ ਲਿਖਿਆ ਤਾ ਨਾ ਉਹ ਓਨਾ ਖਾਣੇ ਪੈਂਦਾ ਅੱਛਾ ਜੀ ਹਾਂ ਅਤੇ ਰੋਜ਼ੇ ਕਿੰਨੇ ਰੱਖੇ ਜੀ ਰੋਜ਼ੇ ਰੱਖੇ ਨੇ ਅੱਜ 21 ਰੋਜ਼ਾ ਅਤੇ ਤੁਸੀਂ ਕਿੰਨੇ ਰੱਖੇ ਨੇ 21 ਕੋਈ ਨਹੀਂ ਛੱਡਿਆ ਨਹੀਂ ਅਤੇ ਅੱਗੋਂ ਕਿੰਨੇ ਰਹਿਣੇ ਨੇ ਅੱਗੋਂ ਨਵੇਂ ਰਹਿ ਗਏ ਨੇ ਅੱਲਾ ਨੇ ਕੀਤਾ ਅਤੇ ਉਹ ਵੀ ਆਪੇ ਲੰਘ ਜਾਂਦੇ ਨੇ ਸਾਰੇ ਰਹਿਣੇ ਨੇ ਆਹੋ ਅਤੇ ਟਾਈਮ ਦੇ ਟਾਈਮ ਰੋਜ਼ਾ ਰੱਖੇ ਕਦੇ ਉਹ ਹਾਂ ਹੋ ਹੀ ਜਾਂਦਾ ਥੋੜ੍ਹਾ ਜਿਹਾ ਘਾਟਾ ਵੱਧਦਾ ਵੀ ਚਲੋ ਠੀਕ ਹੈ ਉਹ ਅੱਲਾ ਕਬੂਲ ਕਰਨੇ ਵਾਲਾ ਸਹੀ ਹੈ ਹੋਰ ਕੰਮ ਸ਼ੰਮ ਕੋਈ ਨਹੀਂ ਰੋਜ਼ਾ ਰੱਖ ਕੇ ਵਿਹਲਿਆਂ ਬਹਿ ਰਹਿਣਾ ਨਹੀਂ ਵਿਹਲਿਆਂ ਕੱਲ੍ਹ ਹੀ ਬਹਿਣਾ ਕੀ ਕਰਦੇ ਹੋ ਗਾਈ ਨੇ ਵੀ ਖੜਨਾ ਪੱਠੇ ਵੀ ਵੱਢਣੇ ਨੇ ਅੱਛਾ ਜੀ ਚਾਚਾ ਗਾਈ ਕਿਹੜੀ ਕਿੰਨੀਆਂ ਰੱਖੀਆਂ ਗਾਈਆਂ ਚਾਚਾ ਅੱਗੇ ਦੋ ਹਨ ਉਹ ਇੱਕ ਹੋ ਗਿਆ ਅਤੇ ਇੱਕ ਬੱਛਾ ਹੈ ਅਤੇ ਰੋਜ਼ਾ ਰੱਖ ਕੇ ਕੰਮ ਕਰਨਾ ਚਾਹੀਦਾ ਜਾਂ ਵਿਹਲਿਆਂ ਰਹਿਣਾ ਚਾਹੀਦਾ ਕੰਮ ਜਿੰਨਾ ਹੋਏ ਕਰਨਾ ਚਾਹੀਦਾ ਕੋਈ ਵਿਹਲਿਆਂ ਕੱਲ੍ਹ ਹੀ ਰਹਿਣਾ
अच्छा आहो